ਵੈਰੀ ਗੁੱਡ ਈਵਨਿੰਗ ਵਿਊਅਰਸ, ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਨਾਲ। ਇਸ ਟਾਈਮ ਅਸੀਂ ਤੁਹਾਡੇ ਨਾਲ ਲਾਈਵ ਹੋ ਚੁੱਕੇ ਹਾਂ ਬੰਗਾ ਰੋਡ ਫਗਵਾੜਾ ਤੋਂ। ਤੁਸੀਂ ਦੇਖ ਸਕਦੇ ਹੋ ਬੰਗਾ ਰੋਡ ਨੂੰ, ਇਸ ਚੌਂਕ ਨੂੰ ਨਾਕਾ ਚੌਂਕ ਵੀ ਕਿਹਾ ਜਾਂਦਾ ਹੈ, ਜਿੱਥੇ ਇੱਕ ਰੋਡ ਤੁਸੀਂ ਦੇਖ ਰਹੇ ਹੋ ਸਾਹਮਣੇ ਨਵਾਂਸ਼ਹਿਰ ਸਾਈਡ ਤੋਂ ਆ ਰਹੀ ਹੈ। ਬਿਲਕੁਲ ਇਹ ਸਿੱਧੀ ਝਟਕਈਆਂ ਵਾਲੇ ਚੌਂਕ ਵੱਲ ਜਾਏਗੀ। ਆਪਾਂ ਰਾਈਟ ਵਾਲੀ ਸਾਈਡ ਤੇ ਦੇਖਾਂਗੇ ਤਾਂ ਇਹ ਰਸਤਾ ਬਾਜ਼ਾਰ ਵੱਲ ਨੂੰ ਜਾ ਰਿਹਾ, ਸੁਭਾਸ਼ ਨਗਰ ਵੱਲ ਨੂੰ, ਵਾਲਮੀਕੀ ਚੌਂਕ ਵੱਲ ਨੂੰ। ਬਿਲਕੁਲ ਇਹਦੇ ਆਪੋਜ਼ਿਟ ਸਾਈਡ ਦੇਖਦੇ ਆ ਤਾਂ ਇਸ ਰੋਡ ਹਰਗੋਬਿੰਦ ਨਗਰ ਵੱਲ ਨੂੰ ਜਾ ਰਹੀ ਹੈ। ਅਸੀਂ ਦੇਖ ਰਹੇ ਹਾਂ ਇੱਥੇ PCR ਦੇ ਜਵਾਨ ਆਪਣੇ ਇੰਚਾਰਜ ਸਰਦਾਰ ਮਲਕੀਤ ਸਿੰਘ ਜੀ ਇੰਸਪੈਕਟਰ ਸਾਹਿਬ ਦੇ ਨਾਲ ਡਟੇ ਹੋਏ ਨੇ, ਔਰ ਇੱਥੇ ਜਿਹੜੇ ਰਾਹਗੀਰ ਜਿਹੜੇ ਗੁਜ਼ਰ ਰਹੇ ਹਨ ਉੱਤੇ ਨਜ਼ਰ ਆਪਣੀ ਪੈਣੀ ਨਜ਼ਰ ਬਣਾਏ ਹੋਏ ਨੇ ਕਿ ਕਿਹੜਾ ਬੰਦਾ ਮਾਸਕ ਤੋਂ ਬਿਨਾਂ ਜਾ ਰਿਹਾ ਹੈ। ਔਰ ਅੱਜ ਮਹਾਂ ਸ਼ਿਵਰਾਤਰੀ ਦਾ ਪਰਵ ਵੀ ਹੈ, ਇਸ ਨੂੰ ਧਿਆਨ 'ਚ ਰੱਖਦੇ ਹੋਏ ਕੋਈ ਸ਼ਰਾਰਤੀ ਅੰਸਰ ਇੱਥੇ ਕੋਈ ਘਟਨਾ ਨਾ ਵਾਪਰ ਜਾਏ, ਉਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਔਰ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਟ੍ਰਿਪਲ ਰਾਈਡਿੰਗ ਨਾ ਕਰਦਾ ਹੋਵੇ ਜਾਂ ਕੋਈ ਕਾਨੂੰਨ ਦੀ ਉਲੰਘਣਾ ਨਾ ਕਰਦਾ ਹੋਵੇ। ਉਸ ਨੂੰ ਲੈ ਕੇ ਇੱਥੇ ਬੜੇ ਹੀ ਸੁਚੇਤ ਹਨ, ਆਪਣੀ ਪੂਰੀ ਟੀਮ ਦੇ ਨਾਲ ਡਟੇ ਹੋਏ ਨੇ ਸਰਦਾਰ ਮਲਕੀਤ ਸਿੰਘ ਜੀ ਇੰਚਾਰਜ PCR। ਤੁਸੀਂ ਦੇਖ ਰਹੇ ਹੋ ਆਪਣੀ ਡਿਊਟੀ ਨਿਭਾਉਂਦੇ ਹੋਏ ਬੰਗਾ ਰੋਡ ਫਗਵਾੜਾ ਤੇ। ਆਓ ਅਸੀਂ ਤੁਹਾਨੂੰ ਚਲਾਨ ਕੱਟਦੇ ਹੋਏ ਵੀ ਦਿਖਾਵਾਂਗੇ, ਔਰ ਸਰਦਾਰ ਮਲਕੀਤ ਸਿੰਘ ਜੀ ਨਾਲ ਵੀ ਮਿਲਾਵਾਂਗੇ ਜਿਹੜੀ ਆਪਣੀ ਡਿਊਟੀ ਨਿਭਾ ਰਹੇ ਨੇ ਇਸ ਟਾਈਮ ਬੰਗਾ ਰੋਡ ਫਗਵਾੜਾ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਨਾਲ, ਔਰ ਅਸੀਂ ਤੁਹਾਨੂੰ ਮਹਾਂ ਸ਼ਿਵਰਾਤਰੀ ਦੀਆਂ ਵੀ ਆਪਣੇ ਵਿਊਅਰਸ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹਨ। ਔਰ ਜਿਹੜੀ ਤੁਸੀਂ ਆਪਣੀ ਇੱਥੇ ਡਿਊਟੀ ਨਿਭਾ ਰਹੇ ਹੋ ਬੜੇ ਹੀ ਅੱਛੇ ਢੰਗ ਨਾਲ ਔਰ ਬੜੇ ਹੀ ਪੈਣੀ ਨਜ਼ਰ ਦੇ ਨਾਲ, ਉਹਦੇ ਲਈ ਵੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਹਦੇ ਨਾਲ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਸੁਰੱਖਿਆ ਦਾ ਮਾਹੌਲ ਮਹਿਸੂਸ ਹੁੰਦਾ ਹੈ, ਉਹਨਾਂ ਦੇ ਵਿੱਚ ਇੱਕ ਸੰਤੁਸ਼ਟੀ ਮਿਲਦੀ ਹੈ। ਔਰ ਤੁਸੀਂ ਇਸ ਟਾਈਮ ਜੁੜੇ ਹੋਏ ਹੋ ਸਾਡੇ ਨਾਲ ਤਾਂ ਕੁਝ ਆਪ ਸਾਡੇ ਵਿਊਅਰਸ ਨੂੰ ਦਰਸ਼ਕਾਂ ਨੂੰ ਕਹਿਣਾ ਚਾਹੋਗੇ? ਇਹੀ ਕਹਿਣਾ ਚਾਹੁੰਦੇ ਹਾਂ, ਸ਼ਿਵਰਾਤਰੀ ਦਾ ਮੌਕਾ ਦਿਨ ਤਿਉਹਾਰ ਹੈਗਾ ਅਤੇ ਵੈਸੇ ਵੀ ਆਪਾਂ ਨੂੰ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਣਾ ਚਾਹੀਦਾ, ਕਿਉਂਕਿ ਕਰੋਨਾ ਦੁਆਰਾ ਭਾਰੂ ਹੋ ਰਿਹਾ ਹੈਗਾ। ਇਸ ਕਰਕੇ ਇਸ ਤੋਂ ਬਚਣ ਲਈ ਆਪਣੇ ਆਪ ਨੂੰ ਬਚਾਓ ਅਤੇ ਪਬਲਿਕ ਨੂੰ ਬਚਾਓ। ਇਸ ਨੂੰ ਬਚਾਉਣ ਦੀ ਖਾਤਰ ਮਾਸਕ ਜ਼ਰੂਰ ਪਹਿਨੋ ਅਤੇ ਬਾਕੀ ਭੀੜ ਦੇ ਵਿੱਚ ਘੱਟ ਗੁਜ਼ਰੋ, ਘੱਟ ਤੋਂ ਘੱਟ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਿਆ ਜਾਵੇ, ਜਿਹਦੇ ਨਾਲ ਤੁਹਾਡੀ ਤੁਹਾਡੇ ਬੱਚਿਆਂ ਦੀ ਅਤੇ ਪਬਲਿਕ ਦੀ ਸੁਰੱਖਿਆ ਹੋ ਸਕੇ, ਇਹ ਸਾਡਾ ਸਾਥ ਦੇ। ਤੁਸੀਂ ਦੇਖ ਰਹੇ ਹੋ ਮਲਕੀਤ ਸਿੰਘ ਜੀ ਮਾਸਕ ਦੇ ਪ੍ਰਤੀ ਕਿੰਨੇ ਸੁਚੇਤ ਹਨ ਔਰ ਸੋਸ਼ਲ ਡਿਸਟੈਂਸਿੰਗ ਦੇ ਪ੍ਰਤੀ ਕਿੰਨੇ ਸੁਚੇਤ ਹਨ, ਔਰ ਇਸੇ ਚੀਜ਼ ਦੀ ਉਹ ਸਿੱਖਿਆ ਦੇ ਰਹੇ ਹਨ ਸਾਡੇ ਨੂੰ। ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਤੁਸੀਂ ਸਾਡੇ ਵਿਊਅਰਸ ਨੂੰ ਇੱਕ ਵਾਰ ਵਧਾਈਆਂ ਵੀ ਦੇ ਦਿਓ ਮਹਾਂ ਸ਼ਿਵਰਾਤਰੀ ਦੇ ਪਰਵ ਦੀਆਂ। ਮੇਰੇ ਵੱਲੋਂ ਸਾਰਿਆਂ ਨੂੰ, ਲੱਖਾਂ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਇਹਦੇ ਨਾਲ ਹੀ ਸਾਰਿਆਂ ਨੂੰ ਇਹ ਬੇਨਤੀ ਆ ਵੀ ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਮਾਸਕ ਜ਼ਰੂਰ ਪਹਿਨੋ ਅਤੇ ਬਿਮਾਰੀ ਨੂੰ ਵਧਣ ਤੋਂ ਰੋਕੋ। ਤੁਸੀਂ ਦੇਖ ਸਕਦੇ ਹੋ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਦੇ ਨਾਲ ਨਾਲ ਉਹ ਇਹ ਵਾਰਨਿੰਗ ਵੀ ਦੇ ਰਹੇ ਨੇ ਕਿ ਸੋਸ਼ਲ ਡਿਸਟੈਂਸਿੰਗ ਦਾ ਜ਼ਰੂਰ ਖਿਆਲ ਰੱਖੋ। ਬੰਮ ਬੰਮ ਬੋਲੇ ਜੀ ਦੀ ਭਗਤੀ ਵੀ ਕਰੋ, ਸ਼ਿਵ ਜੀ ਦੀ ਭਗਤੀ ਵੀ ਕਰੋ, ਬਟ ਨਾਲ ਨਾਲ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖੋ। ਆਹ ਦੇਖੋ ਡਟੇ ਹੋਏ ਨੇ ਜਵਾਨ, ਤੁਸੀਂ ਦੇਖ ਸਕਦੇ ਹੋ ਚਲਾਨ ਕੱਟੇ ਜਾ ਰਹੇ ਨੇ, ਔਰ ਸ਼ਹਿਰ ਵਾਸੀਆਂ ਨੂੰ ਇਹ ਗੱਲ ਦਾ ਅਹਿਸਾਸ ਦਿਲਾਇਆ ਜਾ ਰਿਹਾ ਹੈ ਤੁਸੀਂ ਪਰਵ ਮਨਾਓ, ਬਟ ਨਾਲ ਦੀ ਨਾਲ ਮਾਸਕ ਦਾ ਵੀ ਧਿਆਨ ਰੱਖੋ, ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖੋ, ਔਰ ਕਾਨੂੰਨ ਦੀ ਵੀ ਪਾਲਣਾ ਕਰੋ। ਜਿਹੜੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਨੂੰ ਚਲਾਨ ਬੁੱਕ ਵੀ ਇੱਥੇ ਦੇਖੋ ਹੈਗੀ ਹੈ, ਉਸ ਚਲਾਨ ਬੁੱਕ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ। ਤੁਸੀਂ ਦੇਖ ਰਹੇ ਹੋ PCR ਇੱਥੇ ਡਟੀ ਹੋਈ ਹੈ। ਅਸੀਂ ਤੁਹਾਨੂੰ ਫਿਰ ਤੋਂ ਦੱਸ ਦਈਏ ਇਸ ਟਾਈਮ ਅਸੀਂ ਸ਼ਹਿਰ ਫਗਵਾੜਾ ਤੋਂ ਤੁਹਾਡੇ ਨਾਲ ਲਾਈਵ ਹੋਏ ਹਾਂ ਬੰਗਾ ਰੋਡ ਤੋਂ। ਥੈਂਕ ਯੂ ਵੈਰੀ ਮੱਚ, ਫਿਰ ਤੁਹਾਡੇ ਨਾਲ ਇੱਕ ਵਾਰ ਫਿਰ ਮਿਲਾਂਗੇ ਇੱਕ ਨਵੇਂ ਲਾਈਵ ਦੇ ਨਾਲ। ਥੈਂਕ ਯੂ ਵੈਰੀ ਮੱਚ।